ਗਵਾਂਡੀ ਮੁਲਕ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਲਈ ਇਹ ਇਤਿਹਾਸਿਕ ਪਲ ਹਨ ਕਿ ਪਾਕਿਸਤਾਨ ਦੀ ਸੈਨੇਟ ਵਿੱਚ ਪਹਿਲੀ ਵਾਰ ਖੈਬਰ ਪਖਤੂਨਵਾ ਸੂਬੇ ਤੋਂ ਕੋਈ ਦਸਤਾਰਧਾਰੀ ਸਿੱਖ ਜਿੱਤ ਕੇ ਸੈਨੇਟ ਪਹੁੰਚਿਆ ਹੈ ਸਤਾਧਾਰੀ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਬੁੱਧਵਾਰ ਨੂੰ ਪਾਕਿਸਤਾਨ ਦੇ ਸੈਨੇਟ ਵਿੱਚ ਖੈਬਰ ਪਖਤੂਨਵਾ ਸੂਬੇ ਤੋਂ ਪਹਿਲੇ ਦਸਤਾਰ ਵਾਲੇ ਸਿੱਖ ਨੁਮਾਇੰਦੇ ਬਣ ਗਏ ਜਦੋਂ ਉਹਨਾਂ ਨੇ ਉੱਪਰਲੇ ਚੈਂਬਰ ਦੀ ਚੋਣ ਵਿੱਚ ਘਟ ਗਿਣਤੀ ਭਾਈਚਾਰੇ ਲਈ ਰਾਖਵੀਂ ਸੀਟ ਉੱਤੇ ਵਿਰੋਧੀ ਉਮੀਦਵਾਰ ਨੂੰ ਹਰਾਇਆ ਗੁਰਦੀਪ ਸਿੰਘ ਨੇ 145 ਮੈਂਬਰਾਂ ਦੇ ਸਦਨ ਵਿਚ 103 ਵੋਟਾਂ ਹਾਸਲ ਕੀਤੀਆਂ ਜਦਕਿ ਜਮiyet ਉਲ ਇਸਲਾਮ ਫਜ਼ਲੂਰ ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ 25 ਵੋਟਾਂ ਹਾਸਲ ਕੀਤੀਆਂ ਅਤੇ ਆਵਾਮੀ ਨੈਸ਼ਨਲ ਪਾਰਟੀ ਦੇ ਆਸੀਬ ਪੱਟੀ ਨੂੰ 12 ਵੋਟਾਂ ਮਿਲੀਆਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਟਗਣਤੀ ਉਮੀਦਵਾਰਾਂ ਦੀਆਂ 5 ਵੋਟਾਂ ਨੂੰ ਪ੍ਰੈਜ਼ਾਈਡਿੰਗ ਅਫਸਰ ਨੇ ਰੱਦ ਕਰ ਦਿੱਤਾ ਹੈ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦਾਵਾ ਕੀਤਾ ਕਿ ਗੁਰਦੀਪ ਸਿੰਘ 102 ਵੋਟਾਂ ਹਾਸਲ ਕਰਨਗੇ ਜਦਕਿ ਉਨ੍ਹਾਂ ਨੂੰ ਇੱਕ ਹੋਰ ਵੋਟ ਵੱਧ ਮਿਲੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਵਿਰੋਧੀ ਧਿਰਾਂ ਦੇ ਇੱਕ ਮੈਂਬਰ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ ਗੁਰਦੀਪ ਸਿੰਘ ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਸੈਨੇਟ ਵਿੱਚ ਇਸ ਸੂਬੇ ਦੇ ਪਹਿਲੇ ਦਸਤਾਰ ਧਾਰੀ ਸਿੱਖ ਨੁਮਾਇੰਦੇ ਹਨ ਹਿੰਦੂ ਭਾਈਚਾਰੇ ਦੇ ਆਗੂ ਹਰੁਣ ਸਰਬਦਿਲ ਨੇ ਸੂਬੇ ਖੈਬਰ ਪਖਤੂਨਵਾ ਤੋਂ ਗੁਰਦੀਪ ਸਿੰਘ ਦੀ ਸੈਨੇਟਰ ਚੁਣਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਲਈ ਚੰਗਾ ਸ਼ਗਨ ਹੈ ਖੈਬਰ ਪਖਤੂਨਵਾ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ ਦੇ ਕੁੱਲ ਤਾਕਤ 94 ਹੈ ਪ੍ਰੋਵਿੰਸ਼ੀਅਲ ਪਾਰਟੀ ਦੇ ਮੈਂਬਰਾਂ ਨੇ ਸੂਬੇ ਵਿੱਚ ਪੀਟੀਆ ਦਾ ਸਮਰਥਨ ਕਰਦਿਆਂ ਵਦੇਰੇ ਵੋਟਾਂ ਪਾਈਆਂ ਹਨ ਸੈਨੇਟ ਦੇ ਮੈਂਬਰ ਸੰਸਦ ਦਾ ਉੱਪਰਲਾ ਸਦਨ ਹਨ ਘਟ ਗਿਣਤੀ ਲਈ ਰਾਖਮੀ ਸੀਟ ਹਾਲਾਂਕਿ ਸੂਬਾ ਖੈਬਰ ਪਖਤੂਨਵਾ ਤੋਂ ਪਹਿਲਾ ਸਿੱਖ ਪਾਈਚਾਰੇ ਦੀ ਨੁਮਾਇੰਦਗੀ ਹੋਈ ਹੈ ਪਰ ਇਹ ਪਹਿਲੀ ਦਫਾ ਹੈ ਕਿ ਇਸ ਵਾਰ ਕੋਈ ਦਸਤਾਰਤਾਰੀ ਸਿੱਖ ਪਾਕਿਸਤਾਨ ਦੇ ਇਸ ਉੱਚ ਸਦਨ ਦੇ ਲਈ ਭਾਰੀ ਗਿਣਤੀ ਵਿੱਚ ਵੋਟਾਂ ਲੈ ਕੇ ਜਿੱਤਿਆ ਹੈ ਅਤੇ ਉਮੀਦ ਹੈ ਕਿ ਸਰਦਾਰ ਗੁਰਦੀਪ ਸਿੰਘ ਪਾਕਿਸਤਾਨ ਵਿੱਚ ਬਤੌਰ ਘਟ ਗਿਣਤੀ ਮੈਂਬਰ ਸਿੱਖ ਪਾਈਚਾਰੇ ਸਮੇਤ ਹੋਰ ਘਟ ਗਿਣਤੀ ਪਾਈਚਾਰ ਨਾਲ ਜੁੜੇ ਮਸਲੇ ਮਸਾਇਲ ਪ੍ਰਮੁਖਤਾ ਰਲ ਰੱਖਣਗੇ ਤਾਂ ਕਿ ਪਾਕਿਸਤਾਨ ਵਿੱਚ ਘਟ ਗਿਣਤੀ ਪਾਈਚਾਰੇ ਦੀ ਸਹੀ ਨੁਮਾਇੰਦਗੀ ਹੋ ਸਕੇ ਕਿਉਂਕਿ ਹਾਲ ਫਿਲਹਾਲ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਪਾਕਿਸਤਾਨ ਵਿੱਚ ਘਟ ਗਿਣ ਭਾਈਚਾਰਿਆਂ ਖਾਸਕਰ ਸਿੱਖਾਂ ਤੇ Hindu ਭਾਈਚਾਰੇ ਦੀ ਸਲਾਮਤ ਨੂੰ ਲੈ ਕੇ ਕੁਝ ਸੰਸੇ ਖੜੇ ਕੀਤੇ ਹਨ ਖਾਸਕਰ ਕਟਗਣ ਦੀ ਭਾਈਚਾਰ ਨਾਲ ਸੰਬੰਧਿਤ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਇਤਿਹਾਸਕ ਗੁਤਾਮਾ ਜਾਂ Hindu ਧਰਮ ਨਾਲ ਸੰਬੰਧਿਤ ਮੰਦਰਾਂ ਦੀ ਸਬਾਲ ਸੁਰੱਖਿਆ ਦੇ ਵੀ ਮਸਲੇ ਹਨ ਅਦੇ ਉੱਚ ਸਦਨ ਵਿੱਚ ਸਿੱਖ ਭਾਈਚਾਰੇ ਨੂੰ ਮਿਲੀ ਇਹ ਨੋਮਾਇੰਦੀ ਇਸ ਪੱਖੋਂ ਇਤਿਹਾਸਿਕ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਨਤੀਜੇ ਵੀ ਇਤਿਹਾਸਿਕ ਹੋਣਗੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ